ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਇਹਨਾਂ ਨੌਜਵਾਨਾਂ ਦੇ ਵੱਲੋਂ ਨੇਕ ਉਪਰਾਲਾ ਕੀਤਾ ਜਾ ਰਿਹਾ। ਦੱਸਦੇ ਕਿ ਜੋ ਸੰਗਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਰਹੀਆਂ ਨੇ, ਜੇਕਰ ਉਹਨਾਂ ਦੀ ਗੱਡੀ ਜਾਂ ਕੋਈ ਵਾਹਨ ਰਸਤੇ ਦੇ ਵਿੱਚ ਖਰਾਬ ਹੁੰਦਾ ਤਾਂ ਇਹ ਨੌਜਵਾਨ ਫ੍ਰੀ ਦੇ ਵਿੱਚ ਗੱਡੀਆਂ ਨੂੰ ਠੀਕ ਕਰਨਗੇ। ਦੱਸਦੇ ਕਿ ਮੁਫ਼ਤ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵੱਲੋਂ ਰਿਪੇਅਰ ਕੀਤੀ ਜਾਵੇਗੀ। 21 ਤੋਂ 28 ਦਸੰਬਰ ਤੱਕ ਇਹ ਨੌਜਵਾਨ ਫ੍ਰੀ ਸੇਵਾ ਕਰਨਗੇ। ਸ਼ਹੀਦਾਂ ਨੂੰ ਪਿਛਲੇ 3 ਸਾਲਾਂ ਤੋਂ ਇਸੇ ਤਰ੍ਹਾਂ ਹੀ ਸੱਚੀ ਸ਼ਰਧਾਂਜਲੀ ਇਹਨਾਂ ਨੌਜਵਾਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ। ਲੁਧਿਆਣਾ ਤੋਂ ਲੈ ਕੇ ਦੁਰਾਹਾ ਤੱਕ ਜੇਕਰ ਕਿਸੇ ਦੀ ਵੀ ਗੱਡੀ ਖਰਾਬ ਹੁੰਦੀ ਹੈ ਤਾਂ ਇਹ ਨੌਜਵਾਨ ਖੁਦ ਉੱਥੇ ਜਾ ਕੇ ਮੁਫ਼ਤ ਦੇ ਵਿੱਚ ਰਿਪੇਅਰ ਕਰਨਗੇ। ਸੰਗਤਾਂ ਦੀ ਸੇਵਾ ਦੇ ਲਈ 24 ਘੰਟੇ ਇਹ ਨੌਜਵਾਨ ਪਿਛਲੇ 3 ਸਾਲਾਂ ਤੋਂ ਹਾਜ਼ਰ ਰਹਿੰਦੇ ਨੇ। ਨੌਜਵਾਨਾਂ ਦੀ 22 ਮੈਂਬਰੀ ਟੀਮ ਦਾ ਇਹ ਇੱਕ ਅਨੋਖਾ ਉਪਰਾਲਾ ਹੈ। ਲੁਧਿਆਣਾ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਪਿਛਲੇ 3 ਸਾਲਾਂ ਤੋਂ ਇਸੇ ਤਰ੍ਹਾਂ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ 21 ਤੋਂ 28 ਦਸੰਬਰ ਦੇ ਵਿਚਕਾਰ ਫਤਿਹਗੜ੍ਹ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗੱਡੀ ਜੇਕਰ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਾਲੇ ਪੁਲ ਤੋਂ ਲੈ ਕੇ ਦੁਰਾਹਾ ਦੇ ਵਿਚਕਾਰ ਕਿਤੇ ਵੀ ਖਰਾਬ ਹੁੰਦੀ ਹੈ ਤਾਂ ਉਹ ਉਸ ਨੂੰ ਮੁਫ਼ਤ ਵਿੱਚ ਠੀਕ ਕਰਨਗੇ। ਹਾਂਜੀ ਭਾਅ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਉਪਰਾਲੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨ ਮੋਟਰ ਵੱਲੋਂ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਵੀ ਵੀਰ ਦੀ ਖੁਦਾ ਨਾ ਖਾਸਤਾ ਵਹੀਕਲ ਖਰਾਬ ਹੁੰਦਾ ਕਾਰ, ਉਹਦੀ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਫਤਿਹਗੜ੍ਹ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਫ੍ਰੀ ਆਫ ਕੋਸਟ ਅਸੀਂ ਠੀਕ ਕਰਨ ਦੇ ਹੱਕਦਾਰ। ਵੀਰ ਜੀ, ਸਾਨੂੰ 24 ਘੰਟੇ ਕੋਈ ਵੀ ਫੋਨ ਕਰੇ, ਅਸੀਂ 24 ਘੰਟੇ ਆਪਣੀ ਹਰਮਨ ਮੋਟਰ ਵੱਲੋਂ ਅਤੇ ਮਿਸ਼ਨ ਸੇਵਾ ਜਥਾ ਦੁਗਰੀ ਦੀ ਸਮੁੱਚੀ ਟੀਮ ਵੱਲੋਂ ਅਸੀਂ 24 ਘੰਟੇ ਹਾਜ਼ਰ ਹਾਂ, ਕਿਉਂਕਿ ਅਸੀਂ ਆਪਣੀਆਂ ਟੀਮਾਂ ਐਡਜਸਟ ਕਰ ਲਈਆਂ ਨੇ। 21 ਤਰੀਕ ਤੋਂ ਮਾਰਨਿੰਗ ਦੇ ਬੰਦੇ ਹੋਰ, ਸ਼ਾਮ ਦੇ ਹੋਰ ਅਤੇ ਰਾਤ ਦੇ ਹੋਰ। ਵੀਰ ਜੀ, ਹੋ ਸਕਦਾ ਸੰਗਤਾਂ ਸਾਨੂੰ ਸਹਿਯੋਗ ਦੇਣ ਅਤੇ ਅਸੀਂ ਵੱਡਾ ਟੈਕਨੀਕਲ ਫਾਲਟ ਵੀ ਅਸੀਂ ਕਰ ਸਕੀਏ, ਕਿਉਂਕਿ ਆਪ ਜੀ ਨੂੰ ਪਤਾ ਹੀ ਹੋਊਗਾ ਵੀ 500-1500 ਤੱਕ ਅਸੀਂ ਕਰ ਸਕਦੇ ਹਾਂ। ਜੇ ਕਿਸੇ ਵੀਰ ਦਾ ਘਰੋਂ ਹੀ ਇੰਜਣ ਖਰਾਬ ਹੋ ਕੇ ਆਇਆ ਅਤੇ ਇੰਜਣ ਉਹਨੇ ਕਰਾਉਣਾ ਹੋਇਆ ਤਾਂ ਫਿਰ ਉਹ ਬਹੁਤ ਔਖਾ ਹੋਊਗਾ। ਜਾਂ ਕਿਸੇ ਵੀਰ ਨੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਲੱਚ ਪਲੇਟਾਂ ਪਾਉਣੀਆਂ ਹੋਣ, ਕਲੱਚ ਪਲੇਟਾਂ ਲਈ ਵੀ ਉਹਨੂੰ ਬਹੁਤ ਔਖਾ ਹੋਊਗਾ, ਹੈ ਨਾ। ਅਤੇ ਆਪਾਂ ਨੋਰਮਲ ਜਿਹੜਾ ਟੈਕਨੀਕਲ ਫੋਲਟ, ਜਿਵੇਂ ਫਤਿਹਗੜ੍ਹ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਟੈਕਨੀਕਲ ਫੋਲਟ ਹੋ ਸਕਦਾ, ਜਿਵੇਂ ਕੋਈ ਪਲੱਗ ਦੀ ਕੋਈ ਸ਼ਾਰਟ ਹੋ ਗਿਆ, ਕੁਛ ਹੋ ਗਿਆ, ਅਸੀਂ ਉਹ ਚੀਜ਼ ਕਰਨ ਦੇ ਹੱਕਦਾਰ, ਸਰਵਿਸ ਅਸੀਂ ਫ੍ਰੀ ਦੇਵਾਂਗੇ। ਵੀਰ ਜੀ, ਅਸੀਂ ਜਦੋਂ ਸਟਾਰਟ ਕੀਤੀ ਸੀ ਪਿਛਲੇ 3 ਸਾਲਾਂ ਤੋਂ, ਅਤੇ ਅਸੀਂ ਜਦੋਂ ਸਟਾਰਟ ਕੀਤੀ ਸੀ ਅਤੇ ਅਸੀਂ ਅਜੇ 5 ਜਣੇ ਸੀ, ਅਤੇ ਜਦੋਂ ਅਸੀਂ 3 ਸਾਲ ਬਾਅਦ ਅਸੀਂ 22 ਤੋਂ 23 ਮੈਂਬਰ ਹੋ ਚੁੱਕੇ ਹੋਏ ਹਾਂ, ਔਰ ਸਾਡੀ ਸੰਸਥਾ ਵੱਲੋਂ ਪ੍ਰੋਪਰ ਇੱਥੇ ਹੀ ਇਸੇ ਰੋਡ 'ਤੇ ਹੀ ਇਸੇ ਹੀ ਜਗ੍ਹਾ 'ਤੇ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਦੁੱਧ ਦੀ ਵੀ ਸੇਵਾ ਕੀਤੀ ਜਾਊਗੀ, ਅਤੇ ਨਾਲ ਹੀ 24 ਤਰੀਕ ਨੂੰ ਬਹੁਤ ਵੱਡੇ ਪੱਧਰ 'ਤੇ ਗੁਰੂ ਕਾ ਲੰਗਰ ਵੀ ਲਾਇਆ ਜਾਊਗਾ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਹਰਮਨ ਮੋਟਰ ਵੱਲੋਂ ਆਪਣਾ ਨਿਰੰਤਰ ਸੇਵਾ ਜਾਰੀ ਰਹੂਗੀ।
ਵਾਹੀਕਲ ਵਾਸਤੇ, ਟੂ ਵੀਲਰ ਵਾਸਤੇ, ਥ੍ਰੀ ਵੀਲਰ, ਫੋਰ ਵੀਲਰ, ਟਰੈਕਟਰ, ਟਰਾਲੀ, ਜੋ ਵੀ ਖਰਾਬ ਹੁੰਦਾ ਸਾਡੇ ਮੋਟਰ ਵੱਲੋਂ ਫਰੀ ਆਫ ਕੋਸਟ ਠੀਕ ਕੀਤਾ ਜਾਵੇ। ਇਹ 3 ਸਾਲ ਪਹਿਲੇ ਸਟਾਰਟ ਕੀਤਾ ਸੀ ਅਸੀਂ, ਸਾਨੂੰ ਹੁਣ ਇਹ ਐਤਕੀ 3ਜਾ ਸਾਲ ਹੈ, ਹਰਮਨ ਮੋਟਰ ਵੱਲੋਂ ਹੀ 3ਜਾ ਸਾਲ ਹੈ ਇਹ। ਹਾਂਜੀ, ਸਾਡੇ ਨਾਲ 22 ਮੈਂਬਰ ਹਾਂ ਅਸੀਂ ਇਹ ਸੇਵਾ ਦੇ ਵਿੱਚ, ਅਸੀਂ 22 ਮੈਂਬਰ ਹਾਂ। ਹਾਂਜੀ, ਲੱਗਦਾ ਵੀ ਜਿਸ ਹਿਸਾਬ ਨਾਲ ਤੁਹਾਡੀ ਇਹ ਸੇਵਾ ਜਿਹੜੀ ਨਿਰੰਤਰ ਪਿਛਲੇ 3 ਸਾਲਾਂ ਤੋਂ ਕੀਤੀ ਜਾ ਰਹੀ ਆ, ਵੀ ਹੋਰ ਵੱਧ ਚੜ੍ਹ ਕੇ ਜਿਹੜੀਆਂ ਸੰਗਤਾਂ ਹੁਣ ਤੁਹਾਡੇ ਨਾਲ ਜੁੜਨਗੀਆਂ। ਮਹਾਰਾਜ ਕਿਰਪਾ ਕਰਨ, ਜਿੰਨੇ ਤੋਂ ਵੱਧ ਤੋਂ ਵੱਧ ਅਸੀਂ ਕਹਿੰਦੇ ਵੀ ਸੰਗਤ ਸਾਡੇ ਨਾਲ ਜੁੜੇ, ਅਸੀਂ ਤਾਂ ਅਰਦਾਸ ਕਰਦੇ ਹਾਂ ਵੀ ਗੁਰੂ ਕਿਰਪਾ ਕਰੇ ਵੀ ਅਸੀਂ ਇਸ ਤੋਂ ਉੱਪਰ ਅਗਲੇ ਸਾਲ ਅਸੀਂ ਕੁਛ ਹੋਰ ਲੈ ਕੇ ਆਈਏ, ਜਿਹੜਾ ਕਿ ਅਸੀਂ 1 ਦਿਨ ਦਾ ਲਾ ਰਹੇ ਹਾਂ 24 ਤਰੀਕ ਦਾ, ਕੀ ਪਤਾ ਅਗਲੇ ਸਾਲ ਸਾਨੂੰ ਇੰਨੇ ਮਾਰੇ ਕਿਰਪਾ ਕਰਨ ਅਸੀਂ 3 ਦਿਨ ਦਾ ਲਾਈਏ। ਇਹ ਸ਼ਹਾਦਤਾਂ ਦੇ ਦਿਹਾੜੇ ਹੁੰਦੇ ਆ, ਉਹਦਾ ਮਹੀਨਾ ਨਹੀਂ ਸੋਗ ਦਾ ਮਹੀਨਾ ਗਿਣਿਆ ਜਾਂਦਾ। 2 ਆਪਣੇ ਲਾਲ ਗੁਰੂ ਸਾਹਿਬ ਜੀ ਨੇ ਚਮਕੌਰ ਦੀ ਗੜੀ 'ਚ ਅਤੇ 2 ਲਾਲ ਆਪਦੇ ਸਰਹੰਦ ਦੀ ਨੀਹਾਂ ਦੇ ਵਿੱਚ ਚਣਾ ਦਿੱਤੇ ਗਏ ਸੀ, ਅਤੇ ਇਹ ਸ਼ਹਾਦਤ ਦੇ ਦਿਨ ਹੁੰਦੇ ਨੇ, ਇਹ ਸ਼ਹਾਦਤਾਂ ਨੂੰ ਸਮਰਪਿਤ ਇਹ ਸੇਵਾ ਕੀਤੀ ਜਾ ਰਹੀ। ਬਿਲਕੁਲ, 365 ਦਿਨ ਸਮੇਂ ਸੇਵਾ ਆਪਣੀ ਜਾਰੀ ਰਹਿੰਦੀ ਹੈ। ਮਿਸ਼ਨ ਸੇਵਾ ਜਥਾ ਸਾਡਾ ਦੁਗਰੀ, ਇਹ ਸਾਡਾ ਜਥਾ ਹੈਗਾ, ਅਤੇ ਇਹਦੇ 'ਤੇ ਅਸੀਂ ਹੜ੍ਹਾਂ ਦੇ ਵਿੱਚ ਵੀ ਗਏ ਸੀ, ਕਰੋਨਾ ਦੇ ਵਿੱਚ ਵੀ ਅਸੀਂ ਸੇਵਾ ਕੀਤੀ, ਲੰਗਰ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ ਗਰੀਬ ਬੱਚਿਆਂ ਨੂੰ, ਕਿਤਾਬਾਂ ਵਗੈਰਾ ਸਭ ਕੁਛ ਅਸੀਂ ਦਿੰਦੇ ਹਾਂ। ਇਹ ਲੁਧਿਆਣਾ ਦਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਦਰਾਹੇ ਵਾਲੇ ਪੁੱਲ ਤੱਕ ਇਹ ਸੇਵਾ ਆਪਣੀ ਜਾਰੀ ਰਹੇਗੀ, ਦਿਨ ਰਾਤ 24 ਘੰਟੇ।